ਮੇਰੇ ਬੁਲਾਇਓ ਪੁਲਿਸ ਵਾਲਿਆਂ ਨੂੰ ਜੀ ਕੁੱਤੇ ਤੁਸੀਂ ਬਕਵਾਸ ਚੱਲ ਮਾਦਰ ਰਾਮ ਜੀ 99 ਇੰਡੀਆ ਵਾਲ ਬੇਕਾਰ ਇਹ ਬੇਕਾਰ ਆਇਆ ਵਾਲਸਾ ਆ ਕੇ ਠੀਕ ਹੈ ਔਰ ਤੂੰ ਖੱਚ ਇੱਕ ਨੰਬਰ ਦਾ ਚੱਲ ਨਹੀਂ ਮੇਰੀ ਮੈਂ ਆਉਂਦੀ ਭਾਈ ਅਸ ਤੂੰ ਆ ਰਹੀ ਹੈ ਤੇ ਮੈਂ ਫੋਨ ਓਏ ਉਹ ਕਰ ਕੇ ਤੂੰ ਮੈਡਮ ਕਿਉਂ ਜੀ ਸਾਡੀ ਗੱਡੀ ਤੋੜਤੀ ਜੀ ਸਾਰੀ ਪੁਲਿਸ ਵਾਲੇ ਆ ਗਏ ਉਹਨਾਂ ਨੇ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਗਾਲਾਂ ਕੱਢੀਆਂ ਪੁਲਿਸ ਦੇ ਮੁਲਾਜ਼ਮ ਵੀ ਕੁੱਟੇ ਜੀ ਇਸ ਔਰਤ ਦੀ ਤਸਵੀਰਾਂ ਅਤੇ ਕਾਰਾਂ ਹੈਰਾਨ ਕਰਨ ਵਾਲੇ ਨੇ ਕਿਉਂਕਿ ਇਸ ਨੇ ਉਹ ਕਾਰਨਾਮਾ ਕੀਤਾ ਜਿਸ ਨੂੰ ਦੇਖਣ ਵਾਲੇ ਵੀ ਸ਼ਰਮਸਾਰ ਹੋ ਜਾਣਗੇ ਜਿਵੇਂ ਕਿ ਸਾਡੇ ਦੇਸ਼ ਵਿੱਚ ਔਰਤਾਂ ਦੇ ਹੱਕ ਵਿੱਚ ਕਾਨੂੰਨ ਵੱਧ ਬਹਿਣ ਜਿਸ ਦਾ ਕੁਝ ਲੋਕਾਂ ਵੱਲੋਂ ਨਾਜਾਇਜ਼ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਬਹੁਤ ਵਾਰ ਮਰਦਾਂ ਨੂੰ ਬੇਵਸੀ ਦਾ ਸਾਹਮਣਾ ਕਰਨਾ ਪੈਂਦਾ ਅਜਿਹੀ ਹੀ ਵਾਪਰਿਆ ਪਟਿਆਲਾ ਦੇ ਇੱਕ ਵਿਅਕਤੀ ਜੋ ਕਿ ਕਰਫਿਊ ਦੌਰਾਨ ਦਵਾਈਆਂ ਦੀ ਡਿਲੀਵਰੀ ਦੇਣ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਉਸਦਾ ਪੰਗਾ ਇਸ ਮਹਿਲਾ ਕਾਰ ਚਾਲਕ ਨਾਲ ਪੈ ਗਿਆ ਵੀਡੀਓ ਵਿੱਚ ਦਵਾਈਆਂ ਦੇਣ ਜਾ ਰਿਹਾ ਲੜਕਾ ਸ਼ਰੇਆਮ ਕਹਿ ਰਿਹਾ ਕਿ ਉਸਦੀ ਇਸ ਮਹਿਲਾ ਨੇ ਕਾਰ ਤੋੜ ਦਿੱਤੀ ਹੈ ਅਤੇ ਉਸ ਨੂੰ ਕੁੱਟਿਆ ਵੀ ਹੈ ਇਸ ਔਰਤ ਨੇ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਹਨ ਕਿ ਅਸੀਂ ਤੁਹਾਨੂੰ ਸੁਣਾ ਨਹੀਂ ਸਕਦੇ ਫਿਰ ਇਸ ਤੋਂ ਇੱਕ ਵਿਅਕਤੀ ਸ਼ਾਂਤ ਹੋਣ ਲਈ ਅਤੇ ਕਾਰ ਵਿੱਚ ਬੈਠਣ ਲਈ ਕਹਿੰਦਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਉਹ ਪੁਲਿਸ ਸਾਹਮਣੇ ਵੀ ਇਸੇ ਤਰ੍ਹਾਂ ਗਾਲਾਂ ਕੱਢ ਰਹੀ ਹੈ ਉਸ ਵਿਅਕਤੀ ਦੇ ਵਾਰ ਵਾਰ ਕਹਿਣ 'ਤੇ ਵੀ ਮਹਿਲਾ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਚੜਿਆ ਹੋਇਆ ਦਿਖਾਈ ਦੇ ਰਿਹਾ ਅਤੇ ਉਸ 'ਤੇ ਕੋਈ ਅਸਰ ਨਹੀਂ ਹੋ ਰਿਹਾ ਇੱਕ ਹੋਰ ਔਰਤ ਵੀ ਇਸ ਦੀਆਂ ਮਿੰਨਤਾਂ ਕਰ ਚੁੱਕੀ ਹੈ ਕਿ ਤੂੰ ਘਰ ਚੱਲ ਲੇਕਿਨ ਇਸ ਹਾਈ ਵੋਲਟੇਜ ਡਰਾਮੇ ਦੀ ਚਰਚਾ ਬਣੀ ਹੋਈ ਹੈ ਇਸ ਸੰਬੰਧੀ ਪੀੜਤ ਵਿਵੇਕ ਸ਼ਰਮਾ ਨੇ ਦੱਸਿਆ ਕਿ ਉਹਨਾਂ ਕੋਲ ਦਵਾਈਆਂ ਡਿਲੀਵਰੀ ਦਾ ਕਰਫਿਊ ਪਾਸ ਹੈ ਅਤੇ ਇਸ ਔਰਤ ਨੇ ਉਸਨੂੰ ਕੁੱਟਿਆ ਅਤੇ ਉਸਦੀ ਕਾਰ ਵਿੱਚ ਸਵਾਰ ਮੈਡੀਕਲ ਦੁਕਾਨ 'ਤੇ ਕੰਮ ਕਰਦੀ ਲੜਕੀ ਦੀ ਮਾਰਕੁੱਟ ਕੀਤੀ ਅਤੇ ਉਹਨਾਂ ਦੀ ਕਾਰ ਵੀ ਬੁਰੀ ਤਰ੍ਹਾਂ ਤੋੜ ਭੰਨ ਕੀਤੀ ਹੈ ਉਹ ਵੀਰੇ ਬੁਲਾਇਓ ਪੁਲਿਸ ਨੂੰ ਨਜਾਇਜ਼ ਕਰ ਰਹੇ ਨੇ ਜੀ ਰਾਮ ਜਾਦਾ ਵੀਰੇ ਬੁਲਾਇਓ ਪੁਲਿਸ ਵਾਲਿਆਂ ਨੂੰ ਜੀ ਉਹ ਆਸਟਿਨ ਵੀਰੇ ਥਾਣੇ ਫੋਨ ਕਰੀ ਯਾਰ ਵੀਰੇ ਗੱਡੀ ਭੰਨ ਦੀ ਫਟਾਫਟ ਕਰ ਕੁੱਤੇ ਤੁਸੀਂ ਬਕਵਾਸ ਬੇਕਾਰ ਆਈ ਫੋਲੋ ਸ਼ਿਵਾਂ ਕਰੋ ਪਲੀਜ਼ ਐ ਨਾ ਕਰੋ ਪਲੀਜ਼ ਮੂਵੀ ਬਣਾ ਵੀਰੇ ਚਲੀ ਆ ਜੀ ਬੜਾ ਮੈਂ ਮਾਰੂ ਪਰ ਜ਼ਿਆਦਾ ਪਿਆ
bastard you are. That's why you're running out. Chant to ਭਾਜੀ ਆਇਓ ਜੀ, ਮੈਂ ਡਰੱਗ ਪੁਆਇੰਟ ਤੋਂ ਜੀ ਦਵਾਈਆਂ ਦੇਣ ਜਾ ਰਿਹਾ ਸੀ। ਕੁੜੀ ਨੇ ਨਸ਼ਾ ਕੀਤਾ ਹੋਇਆ, ਮੇਰੀ ਸਾਰੀ ਗੱਡੀ ਤੋੜਤੀ, ਲੜਕੀ ਵਿੱਚ ਬੈਠੀ ਉਹਨੂੰ ਵੀ ਮਾਰੇ ਜਾਂ ਸਾਰੇ ਗਵਾਹ ਨੇ ਜੀ। ਮੈਂ ਡਰੱਗ ਪੁਆਇੰਟ ਵਾਲਾ, ਇਹ ਭੱਜ ਰਹੀ ਹੈ ਜੀ ਲੇਡੀ, ਆਹ ਦੇਖੋ ਮੇਰੀ ਸਾਰੀ ਗੱਡੀ ਤੋੜਤੀ ਸਰ, ਆਹ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਜੀ, ਇਹਨਾਂ ਨੂੰ ਰੋਕੋ ਸਰ। ਸਰ ਕਿਸੇ ਨੂੰ ਪੁੱਛ ਲਓ, ਉਰੇ ਸਾਰੇ ਗਵਾਹ ਖੜੇ ਨੇ ਜੀ, ਸਾਰੇ ਗਵਾਹ ਮੇਰੇ ਘਰ ਦੇ। ਤੂੰ ਆ ਵੀਡੀਓ ਨਾ ਬਣਾ ਚੰਗਾ, ਤੂੰ ਬਦਤਮੀਜ਼ੀ ਕਿਦਾ ਚਿੱਤਰ ਖਾਦੇ ਕੋ। ਭਾਜੀ ਆ ਦੇਖੋ ਮੇਰੀ ਸਾਰੀ ਗੱਡੀ ਤੋੜੀ ਹੈ, ਕਿਸੇ ਤੋਂ ਪੁੱਛ ਲਓ ਜੀ ਉਰੇ। ਸਰ ਅਸੀਂ ਗਵਰਨਮੈਂਟ ਵੱਲੋਂ ਅਪਰੂਵਡ ਹਾਂ ਜੀ। ਓਕੇ ਇੱਕ ਮਿੰਟ ਮੈਡਮ, ਇੱਕ ਮਿੰਟ ਸਰ, ਆਈ ਐਮ ਆਲਸੋ ਨਾ ਆਈ ਟੂ, ਠੀਕ ਹੈ। ਇਸ ਬੰਦੇ ਵੀਰੇ ਆਪਣਾ ਨੰਬਰ ਔਨ ਕਰਿਓ, ਚੱਲ ਮੇਰਾ ਘਰ ਸਾਹਮਣੇ। ਇਹ ਸਰ ਇੰਨੀ ਦੇਰ ਤੋਂ ਕੁੱਟ ਰਹੀ ਹੈ ਜੀ। ਅਸੀਂ, ਮੇਰੇ ਨਾਲ ਲੇਡੀ ਇੰਪਲੋਈ ਹੈ। ਭਾਜੀ ਤੁਸੀਂ ਸਾਰੇ ਦੇਖ ਹੀ ਰਹੇ ਜੀ, ਸਰ ਗੱਡੀ ਤੋੜੀ ਹੈ ਜੀ ਸਾਰੀ, ਉਹ ਕਿਵੇਂ ਛੱਡ ਦਈਏ। ਕੋਈ ਨੀ ਜੀ, ਕੋਈ ਨੀ। ਸ਼ਵਿੰਦਰ ਵੀਰੇ ਫੋਨ ਮਾਰ, 100 ਨੰਬਰ ਤੇ ਯਾਰ ਮਾਰੋ, ਯਾਰ ਫੋਨ ਮਾਰੋ ਸ਼ਵਿੰਦਰ ਵੀਰੇ, 100 ਨੰਬਰ ਤੇ। ਐਸ ਐਚ ਓ ਦਾ ਫੋਨ ਨੰਬਰ ਹੈ ਤੁਹਾਡੇ ਕੋਲ ਵੀਰੇ, ਮਾਰਿਓ ਫੋਨ ਇੱਕ ਮਿੰਟ। ਕਰੀਏ ਫੋਨ 100 ਨੰਬਰ ਨੂੰ। ਮੈਡਮ ਕਿਉਂ ਜੀ ਸਾਡੀ ਗੱਡੀ ਤੋੜਤੀ ਜੀ ਸਾਰੀ, ਮੈਮ ਕਿਉਂ ਜੀ ਸਾਡੀ ਗੱਡੀ ਤੋੜਤੀ, ਕਿਉਂ ਨਾ ਬਣਾਈਏ ਜੀ ਅਸੀਂ ਮੈਮ ਲੇਡੀਜ਼। ਸਰ ਆ ਦੇਖੋ ਜੀ, ਸਰ ਆ ਰੋਕੋ ਤੁਸੀਂ ਕੀ ਕਰ ਰਹੇ ਜੀ ਖੜੇ। ਕੀ ਨਾਮ ਹੈ ਭਾਈ? ਮੇਰਾ ਨਾਮ ਵਿਵੇਕ ਸ਼ਰਮਾ ਜੀ, ਮੇਰੀ ਦਵਾਈਆਂ ਦੀ ਦੁਕਾਨ ਹੈ ਅਰਬਨ ਸਟੇਟ ਦੇ ਵਿੱਚ ਡਰੱਗ ਪੁਆਇੰਟ ਦੇ ਨਾਮ ਤੋਂ।
ਤੇ ਅੱਜ ਸ਼ਾਮ ਨੂੰ ਅਸੀਂ ਦਵਾਈਆਂ ਦੇਣ ਜਾ ਰਹੇ ਸੀਗੇ, ਸਾਡੇ ਕੋਲ ਸਰਹੰਦ ਰੋਡ ਤੋਂ ਫੋਨ ਆਇਆ ਸੀ ਕਿਸੇ ਕਸਟਮਰ ਦਾ ਵੀ ਆਹ ਦਵਾਈਆਂ ਤੁਸੀਂ ਦੇ ਕੇ ਜਾਓ। ਸਵੇਰੇ ਆਇਆ ਸੀ, ਅਸੀਂ ਕਿਹਾ ਵੀ ਸ਼ਾਮ ਤੱਕ ਦੇ ਕੇ ਜਾਵਾਂਗੇ, ਅਤੇ ਨਾਲ ਨਾਲ ਸਾਡੇ ਕੋਲ ਇੱਕ ਇੰਪਲੋਈ ਨੇ, ਫੀਮੇਲ ਇੰਪਲੋਈ, ਉਹ ਕੰਮ ਕਰਦੇ ਆ ਸਾਡੇ ਕੋਲ ਬਿਲਿੰਗ 'ਤੇ, ਅਤੇ ਮੈਂ ਉਹਨਾਂ ਦੇ ਘਰਦਿਆਂ ਨੂੰ ਫੋਨ ਕੀਤਾ ਵੀ ਮੈਂ ਇਹਨਾਂ ਨੂੰ ਬਾਈਪਾਸ 'ਤੇ ਛੱਡ ਦਿੰਦਾ ਅਤੇ ਅੱਗੇ ਮੈਂ ਦਵਾਈਆਂ ਦੇਣ ਜਾਣੀ ਹੈ। ਮੇਰੇ ਨਾਲ ਇੱਕ ਲੜਕਾ ਹੋਰ ਸ਼ਵਿੰਦਰ ਸਿੰਘ ਸੀਗਾ ਜਿਹੜਾ ਨਾਲ ਅਸੀਂ ਦਵਾਈਆਂ ਸਪਲਾਈ ਕਰਦੇ ਹਾਂ। ਜਿਵੇਂ ਹੀ ਅਸੀਂ ਆਪਣੇ ਸ਼ੋਰੂਮ ਤੋਂ ਨਿਕਲੇ ਹਾਂ ਬੈਕ ਸਾਈਡ ਰਾਧਾ ਕ੍ਰਿਸ਼ਨ ਮੰਦਿਰ ਕੋਲ, ਅਸੀਂ ਮੁੜ ਮੁੜਨ ਲੱਗੇ ਹਾਂ, ਸਾਡੇ ਅੱਗੇ ਇੱਕ ਗੱਡੀ ਆ ਗਈ, ਉਹਨਾਂ ਨੇ ਗੱਡੀ ਸੈਂਟਰ ਦੇ ਵਿੱਚ ਖੜਾ ਲਈ ਅਤੇ ਅਸੀਂ ਹੌਰਨ ਕੀਤਾ ਇਹਨਾਂ ਨੂੰ ਉੱਤਰ ਕੇ ਨੀਚੇ, ਇੱਕ ਉਹਦੇ ਵਿੱਚੋਂ ਲੇਡੀ ਨਿਕਲ ਕੇ ਆਈ, ਆ ਕੇ ਉਹਨੇ ਮੈਨੂੰ ਨੌਕ ਕੀਤਾ, ਮੈਂ ਸ਼ੀਸ਼ਾ ਨੀਚਾ ਕੀਤਾ, ਕਹਿੰਦੀ ਤੂੰ ਕਰਫਿਊ 'ਚ ਕਿੱਥੇ ਫਿਰਦਾ? ਮੈਂ ਕਿਹਾ ਜੀ ਵੀ ਮੈਂ ਕੀ ਕਹਿੰਦੇ ਗੌਰਮੈਂਟ ਵੱਲੋਂ ਸਾਨੂੰ ਪਾਸ ਮਿਲਿਆ, ਮੇਰੀ ਦਵਾਈਆਂ ਦੀ ਦੁਕਾਨ ਆ ਵੀ ਅਸੀਂ ਦਵਾਈ ਦੇਣ ਜਾ ਰਹੇ ਹਾਂ। ਉਹਨੇ ਮੇਰੇ ਨਾਲ ਥੱਪੜ ਮਾਰਨੇ ਸ਼ੁਰੂ ਕਰਤੇ, ਮੈਂ ਬਾਹਰ ਨਿਕਲ ਗਿਆ, ਮੇਰੇ ਨਾਲ ਸਰਦਾਰ ਜੀ ਸੀਗੇ ਉਹ ਬਾਹਰ ਨਿਕਲ ਗਏ ਅਤੇ ਕਹਿੰਦੀ ਤੂੰ ਪਿੱਛੇ ਬਹਿ ਜਾਓਏ, ਉਹਨੂੰ ਐਵੇਂ ਬੋਲੀ, ਅਤੇ ਉਸ ਤੋਂ ਬਾਅਦ ਪਤਾ ਨਹੀਂ ਉਹਨੂੰ ਇੱਕਦਮ ਕੀ ਹੋਇਆ ਜੀ, ਉਹਨੇ ਪੱਥਰ ਚੱਕ ਕੇ ਹੋਰ ਚੱਕ ਕੇ ਮੇਰੀ ਗੱਡੀ 'ਤੇ ਮਾਰਨੇ ਸ਼ੁਰੂ ਕਰਤੇ, ਸ਼ੀਸ਼ਾ ਭੰਨਤਾ। ਉਸ ਤੋਂ ਬਾਅਦ ਮੈਂ ਉਹਨੂੰ ਕਹਿ ਰਿਹਾ ਨਾਲ ਵਾਲੇ ਬੰਦੇ ਨੂੰ ਇਹਨੂੰ ਹਟਾਓ, ਜਿਹੜਾ ਨਾਲ ਉਹਦੇ ਬੰਦਾ ਸੀਗਾ ਉਹ ਅੰਦਰੋਂ ਇੱਕ ਡੰਡਾ ਕੱਢ ਕੇ ਲਿਆ, ਉਹਨੇ ਮੇਰੇ ਮੱਥੇ 'ਤੇ ਮਾਰਿਆ ਜੀ, ਆਹ ਦੇਖੋ ਉਰੇ ਵੱਜਿਆ ਹੋਇਆ ਜੀ ਸਾਰਾ। ਅਤੇ ਵਿੱਚ ਸਾਡੇ ਇੱਕ ਮੈਡਮ ਜਿਹੜੇ ਬੈਠੇ ਸੀ ਇੰਪਲੋਈ ਸੀਗੇ, ਉਹਨਾਂ ਦੇ ਉੱਪਰ ਪੱਥਰ ਮਾਰਿਆ, ਪੱਥਰ ਗੱਡੀ ਦੇ ਵਿੱਚ ਹੀ ਗਿਰਿਆ ਹੋਇਆ, ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਜੀ। ਕੌਣ ਬੰਦੇ ਸੀ, ਕੋਈ ਪੋਲੀਟੀਕਲ ਸੀ, ਕੌਣ ਸੀ, ਉਹਨੇ ਦੱਸਿਆ ਨਹੀਂ ਸਰ, ਕੁਛ ਨਹੀਂ ਪਤਾ। ਡਰਿੰਕ ਕੀਤੀ ਸੀ, ਕੀ ਕਰੀ ਲੜਕੀ ਨੇ? ਇੰਨਾ ਕੁ ਜ਼ਿਆਦਾ ਸਰ ਪਤਾ ਨਹੀਂ ਕਿਹੜਾ ਨਸ਼ਾ ਕੀਤਾ, ਡਰਿੰਕ ਕੀਤੀ ਹੈ, ਨਸ਼ਾ ਕੀਤਾ, ਸਾਨੂੰ ਨਹੀਂ ਪਤਾ ਜੀ ਕੀ ਕੀਤਾ ਹੋਇਆ ਸੀਗਾ ਜੀ। ਅਸੀਂ ਫਿਰ ਉਸ ਤੋਂ ਬਾਅਦ ਪੁਲਿਸ ਦੇ ਵਿੱਚ, ਲੋਕਾਂ ਨੇ ਉੱਥੇ ਦੇ ਕੰਪਲੇਂਟ ਕੀਤੀ, ਜਿਹੜੇ ਉੱਥੇ ਆਸ ਪੜੋਸ ਵਾਲੇ ਆ, ਪੁਲਿਸ ਵਾਲੇ ਆ ਗਏ, ਉਹਨਾਂ ਨੇ ਪੁਲਿਸ ਦੇ ਮੁਲਾਜ਼ਮਾਂ ਨੂੰ ਵੀ ਗਾਲਾਂ ਕੱਢੀਆਂ, ਪੁਲਿਸ ਦੇ ਮੁਲਾਜ਼ਮ ਵੀ ਕੁੱਟੇ ਜੀ। ਹਾਂਜੀ, ਸਾਡੇ ਕੋਲ ਸਾਰੀਆਂ ਵੀਡੀਓ ਹੈਗੀਆਂ, ਉੱਥੇ ਕੈਮਰੇ ਲੱਗੇ ਹੋਏ ਨੇ ਜੀ, ਉਸ ਏਰੀਏ ਵਿੱਚ ਮੰਦਿਰ 'ਚ ਵੀ ਕੈਮਰੇ, ਲੋਕਾਂ ਦੇ ਘਰਾਂ 'ਚ ਵੀ ਨੇ, ਉੱਥੇ ਵੀ ਵੀਡੀਓ ਰਿਕਾਰਡ ਹੋਗੀ, ਸਾਡੇ ਕੋਲ ਵੀ ਵੀਡੀਓ ਹੈ ਜੀ, ਜਿਹੜੀ ਅਸੀਂ ਤੁਹਾਨੂੰ ਦੇ ਦਾਂਗੇ ਜੀ। ਕਿੰਨੀ ਕੁ ਵਜੇ ਦੀ ਗੱਲ ਹੈਗੀ ਸਾਰੀ ਇਹ? ਇਹ ਸਾਰੀ ਗੱਲ ਹੋਣੀ ਜੀ ਕੋਈ 6:30-7 ਵਜੇ ਦੇ ਵਿੱਚ ਦੀ ਗੱਲ। ਤੁਸੀਂ ਉਹਨਾਂ ਨੇ ਪੁੱਛਿਆ ਕਿ ਕਰਫਿਊ ਨਾਲੇ ਵੀ ਹੈਗਾ, ਕੌਣ ਬੰਦੇ ਨੇ, ਤੁਸੀਂ ਪੁੱਛਿਆ ਨਹੀਂ ਕੌਣ ਨੇ ਉਹ? ਸਰ ਸਾਨੂੰ ਇੰਨਾ, ਉਹਨਾਂ ਨੇ ਸਾਨੂੰ ਉਲਟਾ ਪੁੱਛਿਆ, ਕਹਿੰਦੇ ਤੁਸੀਂ ਕਿੱਥੇ ਜਾ ਰਹੇ ਹੋ ਕਰਫਿਊ ਦੇ ਉਸ 'ਚ? ਮੈਂ ਕਿਹਾ ਜੀ ਸਾਡੇ ਕੋਲ ਪਾਸ ਨੇ ਵੀ, ਅਸੀਂ ਦਵਾਈ ਡਿਲੀਵਰ ਕਰਨ ਜਾ ਰਹੇ ਹਾਂ। ਇੰਨਾ ਕਹਿਣ ਦੀ ਦੇਰ ਸੀ, ਉਹਨਾਂ ਨੇ ਸਾਡੇ ਨਾਲ ਕੁੱਟਮਾਰ ਸ਼ੁਰੂ ਕਰਤੀ ਜੀ। ਗੱਡੀ ਉੱਪਰ ਕੋਈ ਸਟਿੱਕਰ ਲੱਗੇ ਹੋਵੇ, ਕੌਣ ਸੀ, ਪੋਲੀਟੀਕਲ ਸੀ ਜਾਂ ਕੁਛ ਨਹੀਂ ਪਤਾ ਜੀ। ਉਹਨਾਂ ਦੀ ਗੱਡੀ ਆਲਰੇਡੀ ਪਹਿਲਾਂ ਹੀ ਇੰਨੀ ਡੈਮੇਜ ਹੈ, ਪਤਾ ਨਹੀਂ ਕਿੱਥੋਂ ਦੀ ਇਹ, ਪਹਿਲਾਂ ਗੱਡੀ 2 ਵਾਰ ਠੋਕ ਕੇ ਲਿਆਏ ਆ, ਗੱਡੀ ਉਹਦੇ ਥਾਣੇ 'ਚ ਖੜੀ ਹੈ ਜੀ, ਤੁਸੀਂ ਦੇਖ ਸਕਦੇ ਹੋ ਜੀ। ਕਿਹੜੀ ਗੱਡੀ ਸੀ ਉਹਨਾਂ ਕੋਲ? ਉਹਨਾਂ ਕੋਲ ਗ੍ਰੇ ਕਲਰ ਦੀ ਗੱਡੀ ਸੀ ਜੀ, ਮੇਰੇ ਖਿਆਲ, ਮੈਨੂੰ ਧਿਆਨ ਨਹੀਂ ਜੀ, ਮੈਨੂੰ ਇੰਨਾ ਪਤਾ ਹੀ ਨਹੀਂ ਲੱਗਿਆ ਜੀ, ਗ੍ਰੇ ਕਲਰ ਦੀ ਗੱਡੀ ਹੈ ਜੀ। ਠੀਕ ਠੀਕ।